ਅਦਾਕਾਰੀ ਤੁਸੀਂ ਗੱਲ ਕੀਤੀ ਹੈ, ਮੇਰੇ ਕੋਲ ਇੱਥੇ ਅਕਸਰ ਪੋਡਕਾਸਟ 'ਤੇ ਅਦਾਕਾਰ ਮੇਰੇ ਕੋਲ ਆਉਂਦੇ ਰਹਿੰਦੇ ਨੇ, ਉਹ ਇਸ ਗੱਲ ਦਾ ਵਾਕਈ ਸ਼ਿਕਵਾ ਕਰਦੇ ਨੇ ਕਿ ਜਿਹੜੇ ਸਿੰਗਰ ਨੇ ਉਹੀ ਐਕਟਰ ਬਣ ਗਏ ਨੇ, ਸਾਨੂੰ ਅਸੀਂ ਥੀਏਟਰ ਵੀ ਕੀਤਾ ਹੈ, ਅਸੀਂ ਸਿਰਫ ਅਦਾਕਾਰ ਹਾਂ, ਅਸੀਂ ਸਿਰਫ ਐਕਟਰ ਹਾਂ, ਅਸੀਂ ਕੋਈ ਸਿੰਗਰ ਨਹੀਂ ਹਾਂ, ਪਰ ਐਕਟਰ ਹਾਂ, ਸਾਨੂੰ ਮੌਕਾ ਨਹੀਂ ਮਿਲਦਾ। ਕੋਈ ਪਰ ਇਹ ਲਾਈਫ ਬੜੀ ਛੋਟੀ ਹੋ ਜਾਂਦੀ ਹੈ ਜੀ, ਤੁਸੀਂ ਐਜ਼ ਐਨ ਐਕਟਰ ਆਡੀਅੰਸ ਕਦੀ ਨਹੀਂ ਦੇਖਦੀ ਕਿ ਸਿੰਗਰ ਮਾੜੀ ਐਕਟਿੰਗ ਕਰ ਰਿਹਾ ਤਾਂ ਫਿਲਮ ਦੇਖਣ ਜਾਵਾਂਗੇ, ਉਹਨਾਂ ਨੂੰ ਮਜ਼ਾ ਆਉਣਾ ਚਾਹੀਦਾ ਫਿਲਮ 'ਚ। ਕਦੀ ਕਦੀ ਕਿਸੇ ਮੇਕਰ ਨੂੰ ਲੱਗਦਾ ਕਿ ਮੇਰੀ ਸਟੋਰੀ ਬਹੁਤ ਅੱਛੀ ਹੈ, ਮੈਂ ਨਵਾਂ ਐਕਟਰ ਲਵਾਂ ਕਿਤੇ ਫਿਲਮ ਮੇਰੀ ਵੇਸਟ ਨਾ ਹੋ ਜਾਵੇ, ਇਸ ਲਈ ਮੈਨੂੰ ਇੱਕ ਫੇਮਸ ਬੰਦਾ ਚੁੱਕਣਾ ਪੈਂਦਾ, ਉਸ ਟਾਈਮ ਜਿਹੜਾ ਸਿੰਗਰ ਚੱਲ ਰਿਹਾ ਹੁੰਦਾ ਉਹਨੂੰ ਲੈ ਲੈਂਦੇ। ਇਹ ਇੱਕ ਕਲਚਰ ਬਣਿਆ ਹੋਇਆ, ਇਹ ਕਲਚਰ ਨੂੰ ਤਾਂ ਹੀ ਟੁੱਟੇਗਾ ਜੇ ਤੁਸੀਂ 5-10 ਵਧੀਆ ਐਕਟਰ ਜਨਰੇਟ ਕਰੋਗੇ ਇੰਡਸਟਰੀ ਦੇ। ਹੁਣ ਜਿਵੇਂ ਜਿੰਮੀ ਭਾਜੀ ਸੀ, ਜਿੰਮੀ ਭਾਜੀ ਬੰਬੇ ਤੋਂ ਆਏ ਸੀ, ਮੈਂ ਬੰਬੇ ਕੰਮ ਕਰਦਾ ਸੀਰੀਅਲਾਂ 'ਚ, ਹੋਰ ਵੀ ਕੁਛ ਹੈਗੇ ਐਕਟਰ ਜਿਵੇਂ ਦੇਵ ਕਰੋੜ, ਉਹ ਐਕਟਰ ਆਣਗੇ, ਵੇਰੀਏਸ਼ਨ ਹੋ ਜਾਏਗੀ। ਆਹ ਕਾਮੇਡੀ ਫਿਲਮ ਅਸੀਂ ਨੂੰ ਲੈਣਾ ਹੈ, ਵਿਲਨ ਅਸੀਂ ਨੂੰ ਲੈਣਾ, ਨੈਗੇਟਿਵ ਹੀਰੋ ਅਸੀਂ ਨੂੰ ਲੈਣਾ, ਉਹ ਆਪਸ਼ਨ ਨਹੀਂ ਹੈਗੇ ਪੰਜਾਬ 'ਚ। ਅਤੇ ਮੈਂ ਵੀ ਹੁਣ ਕੋਸ਼ਿਸ਼ ਕਰਾਂ ਕਿ ਮੈਂ ਇਸ ਇੰਡਸਟਰੀ 'ਚ ਨੋਟ ਓਨਲੀ ਐਜ਼ ਐਨ ਐਕਟਰ ਕੰਮ ਕਰਾਂ, ਮੈਂ ਕਦੀ ਕਿਸੇ ਫਿਲਮ 'ਚ ਰੋਲ ਨਾ ਵੀ ਕਰਾਂ, ਹੋ ਸਕਦਾ ਮੈਂ ਐਜ਼ ਅ ਡਾਇਰੈਕਟਰ ਕਰਾਂ, ਕੋਈ ਫਿਲਮ ਐਜ਼ ਏ ਰਾਈਟਰ ਕਰਾਂ, ਕੋਈ ਫਿਲਮ ਐਜ਼ ਏ ਪ੍ਰੋਡਿਊਸਰ ਕਰਾਂ। ਇਸ ਲਈ ਉਹ ਜਿਹੜੇ 5 ਰੋਲ ਹੈ ਮੈਂ ਵੱਖਰੇ ਵੱਖਰੇ ਲਵਾਂ, ਤਾਂ ਮੈਂ ਹਰ ਬੰਦੇ ਦੇ ਹਰ ਡਿਪਾਰਟਮੈਂਟ ਦੇ ਅਲੱਗ ਅਲੱਗ ਬੰਦੇ ਲਵਾਂ।